ਰਾਮਾ ਮੰਡੀ ਤੋਂ ਜੰਡੂ ਸਿੰਘਾਂ ਤੱਕ ਬਣਨ ਵਾਲੇ ਡਿਵਾਈਡਰ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਦੀ ਵੱਲੋਂ ਕੀਤਾ ਗਿਆ। ਨਾਲ ਲੱਗਦੇ ਇਲਾਕਿਆਂ ਦੇ ਕੌਂਸਲਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਉਹਨਾਂ ਵਿਧਾਇਕ ਰਜਿੰਦਰ ਬੇਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਵੇਂ ਕਿ ਸਾਈਡਾਂ ਦੇ ਉੱਤੇ ਮੁੱਖਾਂ ਦਾ ਬਣਨਾ, ਪਾਣੀ ਦੇ ਵਿਕਾਸ ਵਾਸਤੇ ਨਾਲਿਆਂ ਦਾ ਬਣਨਾ, ਅਤੇ ਕੁਛ ਇਹੋ ਜਿਹੇ ਏਰੀਆ ਵੀ ਸੀਗਾ ਵੀ ਜਿੱਥੇ ਇੰਟਰਲੋਕਿੰਗ ਟਾਇਲ ਲੱਗਣ ਵਾਲੀ ਹੈਗੀ ਸੀ। ਅੱਜ ਸਾਡੇ ਹਲਕੇ ਦੇ ਵਿਧਾਇਕ ਸ਼੍ਰੀ ਰਜਿੰਦਰ ਬੇਦੀ ਜੀ ਦੇ ਪ੍ਰਯਾਸ ਸਦਕਾ ਇਸ ਕੰਮ ਨੂੰ ਹਰੀ ਝੰਡੀ ਦਿੱਤੀ ਗਈ ਹੈ। ਔਰ ਇਹਦੇ ਨਾਲ ਸਿਰਫ ਬਰਸਾਤ ਦੇ ਗੰਦੇ ਪਾਣੀ ਦਾ ਨਿਕਾਸ ਹੀ ਨਹੀਂ ਹੋਵੇਗਾ ਨਾਲੇ ਬਣਨ ਦੇ ਨਾਲ ਨਾਲ, ਇਸ ਦੇ ਨਾਲ ਨਾਲ ਜੋ ਸਾਨੂੰ ਆਲੇ ਦੁਆਲੇ ਗੰਦਗੀ ਦੇਖਣ ਨੂੰ ਮਿਲਦੀ ਹੈ, ਜਦੋਂ ਸੜਕਾਂ ਦੇ ਆਲੇ ਦੁਆਲੇ ਇੰਟਰਲੋਕਿੰਗ ਟਾਇਲਸ ਲੱਗ ਗਈਆਂ, ਲੋਕਾਂ ਦੇ ਆਉਣ ਜਾਣ ਵਾਸਤੇ ਜੋ ਫੁੱਟਪਾਥ ਦਾ ਨਵਾਂ ਨਿਰਮਾਣ ਹੋ ਰਿਹਾ ਹੈ, ਇਹ ਲੋਕਾਂ ਨੂੰ ਇੱਕ ਬਹੁਤ ਹੀ ਇਹਦੇ ਤੋਂ ਰਾਹਤ ਮਿਲੇਗੀ। ਔਰ ਮੈਂ ਕਹਿੰਦਾ ਵੀ ਕਿ ਜਿੰਨੇ ਵਿਕਾਸ ਕਾਰਜ ਇਹ ਸਰਕਾਰ ਦੇ ਸਮੇਂ ਹੁੰਦੇ ਸਾਨੂੰ ਨਜ਼ਰ ਆਏ ਨੇ, ਸ਼ਾਇਦ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਇਹੋ ਜਿਹੇ ਕਾਰਜ ਨਹੀਂ ਕੀਤੇ। ਸੋ ਹਮੇਸ਼ਾ ਹੀ ਕਾਂਗਰਸ ਸਰਕਾਰ ਦਾ ਇਹ ਯਤਨ ਰਿਹਾ ਹੈ ਵੀ ਲੋਕਾਂ ਦੇ ਵਿਕਾਸ ਲਈ ਜੋ ਵੀ ਕੁਝ ਹੋ ਸਕਦਾ ਹੈ ਲੋਕਾਂ ਨੂੰ ਪਹਿਲ ਦਿੱਤੀ ਜਾਵੇ, ਤਾਂ ਕਿ ਲੋਕਾਂ ਨੂੰ ਨਵੇਂ ਨਵੇਂ ਵਿਕਾਸ ਦੇ ਕੇ ਲੋਕਾਂ ਨੂੰ ਰਾਹਤ ਮਿਲ ਸਕੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਮੈਂ ਸਪੈਸ਼ਲੀ ਥੈਂਕਸ ਕਰਦਾ ਹਲਕਾ ਵਿਧਾਇਕ ਸ਼੍ਰੀ ਰਜਿੰਦਰ ਬੇਦੀ ਜੀ ਦਾ, ਉਹਨਾਂ ਦੇ ਨਾਲ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਕੌਂਸਲਰ ਸ਼੍ਰੀ ਜਗਦੀਸ਼ ਕੁਮਾਰ ਦਗੋਹਾ ਜੀ, ਕੌਂਸਲਰ ਮਨਦੀਪ ਕੁਮਾਰ ਜੱਸਲ ਜੀ, ਮੇਰੇ ਛੋਟੇ ਵੀਰ ਸ਼ਮਸ਼ੇਰ ਸਿੰਘ ਖਹਿਰਾ ਜੀ ਕੌਂਸਲਰ, ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤਰਲੋਕ ਸਰਾਂ ਜੀ, ਸਾਡੇ ਐਕਸ ਸਰਵਿਸਮੈਨ CRPF ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਕੰਡੀ ਜੀ, ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੰਜੇ ਅੱਜ ਇੱਥੇ ਇਕੱਠੇ ਹੋਏ ਨੇ, ਵਿਜੇ ਕੁਮਾਰ ਕੌਂਸਲਰ ਵੀ ਇੱਥੇ ਆਏ ਨੇ। ਸੋ ਕਹਿਣ ਦਾ ਮਤਲਬ ਕਹਿੰਦਾ ਸਾਰਿਆਂ ਦੇ ਉੱਦਮ ਸਦਕਾ ਅੱਜ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਔਰ ਉਮੀਦ ਕਰਦੇ ਹਾਂ ਕਿ ਇਹ ਬਹੁਤ ਹੀ ਜਲਦੀ ਕੰਮ ਸਿਰੇ ਵੀ ਚੜ੍ਹੇਗਾ ਔਰ ਲੋਕਾਂ ਨੂੰ ਇਸ ਤੋਂ ਰਾਹਤ ਵੀ ਮਿਲੇਗੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਰਜਿੰਦਰ ਬੇਦੀ ਜੀ ਦਾ ਅਤੇ ਆਪਣੇ ਸਾਰੇ ਹੀ ਕੌਂਸਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ, ਸਾਡੇ ਹਲਕੇ ਦੇ MLA ਸ਼੍ਰੀ ਰਜਿੰਦਰ ਬੇਦੀ ਜੀ ਨੇ ਆਪਣੇ ਕਲ ਕਮਲਾਂ ਦੇ ਨਾਲ ਜੋ PWD ਨੂੰ 8 ਕਰੋੜ ਲੱਖ ਦੇ ਨਾਲ ਰਾਮ ਮੰਡੀ ਤੋਂ ਲੈ ਕੇ ਜਿਹਨੂੰ ਸੰਗੇ ਚੌਂਦੂ ਸੈਂਟਰ ਬਰਦਰ ਬਣ ਜਾ ਰਿਹਾ ਔਰ ਫੁੱਟਪਾਥ ਬਣਨਾ ਉਹ ਨਾਲ ਜੋੜ ਨਾਲਾ ਨੰਗਲ ਛੰਮਾ ਤੋਂ ਬੰਦ ਹੋਏ ਸੀ ਉਹ ਚਾਲੂ ਕਰਨ ਵਾਸਤੇ ਉਹਨਾਂ ਨੇ ਅੱਜ ਉਦਘਾਟਨ ਕੀਤਾ। ਮੈਂ ਜਿੱਥੇ ਡੇਰੀ ਸਾਹਿਬ ਦਾ ਉਦਘਾਟਨ ਕਰਨ ਬਾਅਦ ਕੀਤਾ ਉਹਨਾਂ ਨੇ ਆ ਕੇ ਉਹਨਾਂ ਨੂੰ ਬਹੁਤ ਧੰਨਵਾਦੀ ਹਾਂ, ਔਰ ਸਾਡੇ ਹਲਕੇ ਦੇ ਮੈਂਬਰ ਪਾਰਲੀਮੈਂਟ ਤੋਂ ਸੰਤੋਖ ਜੀ ਜਿਹਨਾਂ ਨੇ ਸਦਕਾ ਇਹ ਸਾਡੇ ਪੈਸੇ ਆਉਂਦੇ ਹਨ, ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਪਣੇ ਹਲਕੇ ਦੇ ਸਾਰੇ ਬਾਜ਼ਾਰ ਵਾਲਿਆਂ ਦਾ ਔਰ ਆਪਣੇ ਸੱਜਣ ਮਿੱਤਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਨਾਲ ਆਪਣੀ ਹਲਕੇ ਦੀ ਮੈਡਮ ਬਿਮਲਾ ਰਾਣੀ ਕੌਂਸਲ ਸਾਹਿਬਾ ਵੱਲੋਂ, ਸਾਰਾ ਹਲਕਾ ਨਿਵਾਸੀਆਂ ਦਾ ਔਰ ਕਾਂਗਰਸ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਹਰ ਸਮੇਂ 'ਤੇ ਪੈਸੇ ਲੈ ਕੇ ਜਿਹੜਾ ਇਸ ਹਲਕੇ ਦਾ ਵਿਕਾਸ ਤਰੱਕੀ ਦੇ ਰੇਹ ਲੈ ਕੇ ਜਾਂਦੇ ਆ। ਅਤੇ ਮੈਂ ਸਮਝਦਾ ਕਿ 2019 ਦੇ ਇਲੈਕਸ਼ਨ ਆ ਰਹੇ ਆ ਉਹਦੇ ਵਿੱਚ ਵੀ ਸਾਰੇ ਜਣੇ ਆਪਣੇ ਵੱਧ ਚੜ੍ਹ ਕੇ ਆਪਾਂ ਹਿੱਸਾ ਪਾਈਏ, ਜਿਹੜੀ ਕਾਂਗਰਸ ਪਾਰਟੀ ਹਿੰਦੁਸਤਾਨ ਦੇ ਅੰਦਰ ਸਰਕਾਰ ਬਣੇ, ਰਾਹੁਲ ਗਾਂਧੀ ਦਾ ਆਪਾਂ ਹੱਕ ਮਜ਼ਬੂਤ ਕਰੀਏ ਜਿਹੜਾ ਦੇਸ਼ ਦਾ ਭਲਾ ਹੋ ਸਕੇ ਔਰ ਦੇਸ਼ ਦੀ ਵਿਕਾਸ ਤਰੱਕੀ ਰਹਿ ਹੋਵੇ। ਮੈਂ ਮੇਹਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਮੇਹਰ ਸਾਹਿਬ ਨੇ ਵੀ ਉਹ ਮੇਹਰ ਸਾਹਿਬ ਦੇ ਨਾਲ ਨਸ਼ੇ ਹੀ ਨਾਲ ਰਹਿੰਦੇ ਹਨ, ਉਹਨਾਂ ਨੇ ਵੀ ਸਾਡੀ ਸ਼ਹਿਰ ਤਰੱਕੀ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ, ਕਿਉਂਕਿ ਇਸ ਹਲਕੇ ਦੇ ਵਿੱਚ ਰਾਮ ਮੰਡੀ 'ਚ ਕੂੜੇ ਦੀ ਬਹੁਤ ਵੱਡੀ ਸਮੱਸਿਆ ਸੀਗੀ, ਉਹਨਾਂ ਨੇ 2 ਟਰਾਲੀਆਂ ਲਾਈਆਂ ਹੋਈਆਂ ਹਨ, 2 ਟੈਂਪੂ ਲਾਏ ਹੋਏ ਹਨ ਔਰ ਰੇਹੜੇ ਰਿਕਸ਼ੇ ਵਾਲੇ ਲਾ ਕੇ ਜਿਹੜਾ ਬਾਜ਼ਾਰ ਦਾ ਕੂੜਾ ਚੱਕ ਕੇ
ਖੜ ਖੜਦੇ ਹਨ, ਉਹਨਾਂ ਕਰਕੇ ਵੀ ਮੈਂ ਮੇਅਰ ਸਾਹਿਬ ਦਾ ਇੱਕ ਵਾਰ ਫਿਰ ਔਰ ਐੱਮ ਐੱਲ ਏ ਸਾਹਿਬ ਦਾ ਅਤੇ ਐੱਮ ਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ, ਜੈ ਹਿੰਦ, ਜੈ ਭਾਰਤ। ਅੱਜ ਅਸੀਂ ਰਾਮਾ ਮੰਡੀ ਕ੍ਰਿਸ਼ਨਾ ਸਵੀਟ ਸ਼ਾਪ ਤੋਂ ਲੈ ਕੇ ਜੱਡੂ ਸਿੰਘਾ ਰੋਡ ਤੱਕ ਇਸ ਰੋਡ ਦੇ ਡਿਵਾਈਡਰ ਦਾ ਪਲੱਸ ਜਿਹੜੀਆਂ ਸਾਈਡਾਂ ਦੇ ਢਾਈ ਢਾਈ ਫੁੱਟ ਫੁੱਟਪਾਥ ਦਾ ਜਿਹੜੀਆਂ ਕੋਈ ਟਾਈਲਾਂ ਰਹਿ ਗਈਆਂ ਸੀ ਲੱਗਣ ਵਾਲੀਆਂ ਉਹਨਾਂ ਦਾ ਉਦਘਾਟਨ ਕੀਤਾ। ਮੇਰੇ ਨਾਲ ਸਾਡੇ ਸਪੋਂਸਰ ਬਹੂ ਵਿਜੇ ਜੀ, ਜੱਸਲ ਸਾਹਿਬ, ਬਹੂ ਪ੍ਰੇਮ ਜੀ, ਸਾਰੇ ਹੀ ਡਾਕਟਰ ਸਾਹਿਬ ਖਹਿਰਾ ਜੀ, ਧਾਨੀ ਜੀ, ਪਾਸੀ ਸਾਹਿਬ, ਸਾਰੇ ਨੇ ਇਸ ਰੋਡ ਦਾ ਉਦਘਾਟਨ ਕੀਤਾ। ਔਰ ਖਾਸ ਤੌਰ 'ਤੇ ਜਿਹੜੀ ਇੱਥੇ ਗੰਦਗੀ ਰਹਿੰਦੀ ਸੀਗੀ ਉਹ ਤਾਂ ਪਹਿਲਾਂ ਵੀ ਬੜਾ ਸੀ, ਇੱਥੇ ਇੰਪਰੂਵਮੈਂਟ ਕੀਤੀ ਹੈ। ਉਹ ਇਹ ਡਿਵਾਈਡਰ ਦੇ ਨਾਲ ਔਰ ਸਾਈਡਾਂ ਦੇ ਫੁੱਟਪਾਥ ਬਣਨ ਦੇ ਨਾਲ ਉਹ ਗੰਦਗੀ ਦਾ ਵੀ ਖਾਤਮਾ ਹੋ ਜਾਏਗਾ। ਅਤੇ ਜਿਹੜੀ ਬਰਸਾਤੀ ਪਾਣੀ ਜਿਹੜਾ ਕਿਧਰੇ ਬਰਸਾਤ ਵੇਲੇ ਖੜ੍ਹਾ ਹੁੰਦਾ ਸੀਗਾ ਉਹਦੇ ਲਈ ਅਸੀਂ ਨਾਲ ਰੋਡ ਗਲੀਆਂ ਪਾ ਰਹੇ ਹਾਂ ਤਾਂ ਕਿ ਬਰਸਾਤੀ ਪਾਣੀ ਇੱਥੇ ਖੜ੍ਹਾ ਨਾ ਹੋਵੇ। ਹੋਰ ਵੀ ਜਿਹੜੇ ਕੋਈ ਛੋਟੇ ਮੋਟੇ ਕੰਮ ਇਸ ਰੋਡ 'ਤੇ ਹੋਣਗੇ ਜਿੱਦਾਂ ਲਾਈਟਾਂ ਦਾ ਕੰਮ ਹੈ ਉਹ ਵੀ ਅਸੀਂ ਇਸ ਫੰਡ ਦੇ ਵਿੱਚੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਡਿਵਾਈਡਰ ਦਾ ਕੰਮ ਕਿੰਨੇ ਕੁ ਸਮੇਂ 'ਚ ਕੰਪਲੀਟ ਹੋ ਜਾਊਗਾ? ਇਹ ਟੋਟਲ ਮੈਂ ਕਿਹਾ 3 ਮਹੀਨੇ ਦਾ ਪ੍ਰੋਜੈਕਟ ਹੈਗਾ ਜੀ, 3-3.5 ਮਹੀਨੇ ਦੇ ਵਿੱਚ ਵੀ ਪੂਰਾ ਹੋ ਜਾਏਗਾ। ਇਹਦੇ ਨਾਲ ਕੋਈ ਟ੍ਰੈਫਿਕ ਸਮੱਸਿਆ ਜਿਹੜੀ ਆਊਗੀ? ਟ੍ਰੈਫਿਕ ਸਮੱਸਿਆ ਦਾ ਵੀ ਹੱਲ ਹੋਏਗਾ ਜੀ।